ਥੋੜ੍ਹਾ ਜਿਹਾ ਦੇਣਾ ਨਾ ਸਹੀ ਤਰੀਕੇ ਨਾਲ, ਤੁਹਾਨੂੰ ਇਹਨਾਂ ਦਾ ਡੈਮੋ ਦੇਵਾਂਗਾ, ਇਹ ਆ ਗਿਆ ਮੇਰੇ ਪਿੱਛੋਂ। ਕਿਵੇਂ ਅਸਲਾਮ ਅਲੈਕੁਮ, ਤੁਸੀਂ ਦੇਖਦੇ ਪਏ ਯੂਟਿਊਬ ਚੈਨਲ ਮਿਤਲਾ ਵਲੌਗ ਅਫੀਸ਼ੀਅਲ, ਤੇ ਮੇਰਾ ਨਾਮ ਹੈ ਮਲੈਕੁਮ ਮਰਯਾਤ। ਉਮੀਦ ਕਰੇ ਨਾ ਸਾਰੇ ਦੋਸਤ ਖੈਰ ਕਰੀਏ ਨਾਲ ਹੋਸੋ, ਠੀਕ ਹੋਸੋ। ਅੱਜ ਦਾ ਮਜ਼ੇਦਾਰ ਵਲੌਗ ਸ਼ੁਰੂ ਕਰਨੇ ਪਏ। ਅੱਜ ਖੜੇ ਆਪਣੇ ਹਮਸਾਇਆਂ ਕੋਲ ਸੜਕ ਤੇ, ਵਹਿੰਦੇ ਪਏ ਹਨ ਥ੍ਰੈਸ਼ਰ ਤੇ, ਆਦਮ ਸਾਰੀ ਗੱਪ ਸ਼ੱਪ ਸੁਣਾ ਵਾਲੀ ਦਾਤੇ ਦੂਤੇ ਇਸੇ ਕੋਲ ਪੋਜੀਸ਼ਨ ਤੋਂ ਨਜ਼ਰ ਆਉਂਦੀ ਪਈ ਸੀ ਜਿਹੜਾ ਸਾਡਾ ਹਾਲ ਹੋਇਆ ਖੜੇ। ਤੇ ਬਾਕੀ ਕੋਈ ਨਹੀਂ, ਇਹਨਾਂ ਨਾਲ ਹਾਲ ਅਵੀਲਾ ਕਰੇ ਦੇ ਖੜੇ ਸੀ। ਮੈਂ ਕਿਹਾ ਦੋਸਤਾਂ ਨੂੰ ਵੀ ਦਿਖਾਊਂ ਰੋਗ ਕਿੱਦਾਂ ਨੇ, ਮੈਂ ਕਿਹਾ ਅੱਜ ਵਲੌਗ ਵੀ ਥੂੰ ਸ਼ੁਰੂ ਕਰ ਦਊਂ। ਤੇ ਇਹ ਬਾਈ ਆ ਜਿਹੜਾ ਦੇਦੇ ਪੈਵੇ ਨਾ ਸਾਹਮਣੇ, ਇਹ ਹੀ ਅਸਾਂ ਮਿਲੇ ਬੱਕਰੇ ਲੋਕਾਂ ਦੇ ਘਰ ਬਾਅਦ ਚਾਹੁੰਦੇ ਤੇ ਜੰਤਰ ਲਵਾਉਣਾ ਪਹਿਲੇ ਸ਼ੁਰੂ ਕਰ ਦਿੰਦੇ। ਉਸ ਤੋਂ ਬਾਅਦ ਪੈਸੇ ਚੈਸੇ ਇਸ ਨੇ ਕੋਈ ਨਹੀਂ ਦੇਣੇ, ਦਿੰਦੇ ਉਹਨੇ ਦਿੰਦੇ ਉਹਨੇ ਨੇ, ਲੇਕਿਨ ਮਲਿਕ ਨੂਰ ਕੁਰੇ ਦੇ ਬਾਕੀ ਕੁਰੀ ਨੇ ਦੇ ਇਵੇਂ ਨਾ, ਕਿਉਂਕਿ ਮਲਿਕ ਨੂਰ ਵੱਲ ਮੋਟਰਸਾਈਕਲ ਲੈ ਲੈਂਦਾ ਇਹਨੂੰ ਅੰਦਰ ਖੜਾ ਦੇ ਦਾਦਾ ਸੀ। ਉਸ ਤੋਂ ਬਾਅਦ ਹਿਸਾਬ ਸੀ ਵੱਲ ਮੋਟਰਸਾਈਕਲ ਦੇ ਸਨ। ਹੈ ਇਸ ਦਾ ਬਾਈ, ਜੇ ਤਾਂ ਜੰਤਰ ਵਾਲਾ ਕੰਮ ਕਰੇ ਤਾਂ ਜਿਹੜਾ ਨਾ ਪੈਸੇ ਪਹਿਲੇ ਤੈਨੂੰ ਡੇਵਣੇ ਪਾਉ ਸਨ। ਤੂੰ ਸਾਰੇ ਜੰਤਰ ਨਾ ਲੈਂਦਾ, ਇਹ ਹੁਣ ਖਰਾ ਹੋਇਆ ਖੜਾ, ਇਸ ਪਰ ਹੋਇਆ ਖੜਾ। ਇਹ ਦੇਖ ਲੈ, ਅਗਰ ਤੂੰ ਜੰਤਰ ਲਵਣਾ ਹੀ ਨਾ ਤੇ ਬਸ ਸਾਨੂੰ ਪਹਿਲੇ ਐਡਵਾਂਸ ਪੈਸੇ ਦੇ ਦੇ ਅੱਜ। ਅੱਛਾ ਸਾਲਾ ਜੰਤਰ ਹੁੰਦਾ ਠੀਕ ਕੋ ਨੀ, ਫੱਲੀ ਸਹੀ ਲੱਗੀ ਹੋਈ ਵੈਸੇ ਠੀਕ ਕੋ ਨੀ, ਗੱਢ ਲਈ ਹੈ ਨਾ ਅੱਗੇ ਤਾਂ ਸਾਰਿਆਂ ਤੋਂ ਪਹਿਲੇ। ਅੱਛਾ ਬਾਕੀ ਸਹੀ, ਤੁਹਾਨੂੰ ਇਹਨਾਂ ਦੇ ਹਾਲ ਵੀ ਲੈ ਦੇਵਾਂ। ਰਾਤੀ ਮਸ਼ੀਨ ਜਿਹੜਾ ਨਾ ਥੱਕੇ ਉੱਟੇ ਹੋਏ ਐਨ ਜਵਾਨ ਥ੍ਰੈਸ਼ਰ ਤੋਂ, ਤੇ ਇਹ ਦੇਖ ਲਓ ਇਹ ਮੇਰੇ ਵੀਰਾ ਇੱਡੇ ਲੁੱਕੇ ਬੈਠੇ ਨਾ ਜਾਣ। ਇਹ ਬਾਈ ਆ ਵੈਸੇ ਗਰੂ ਤੰਗ ਹੋਇਆ ਵਾ, ਤਾਂ ਪਿੱਛਾ ਵਹਿਣਾ ਕੋ ਨਹੀਂ ਵੇ, ਅਦਾ ਥ੍ਰੈਸ਼ਰ ਤੇ ਨਹੀਂ ਵਹਿੰਦਾ ਤੇ ਪਿੱਛੇ ਹੀ ਨਹੀਂ ਵਹਿੰਦਾ। ਇਹ ਵੈਸੇ ਜਿਹੜਾ ਪਿੱਛੂ ਚੱਲ ਹੋਇਆ ਪੱਕੀ ਦੂਜਾ ਟੂਰ ਹੈ, ਇੱਥੇ ਆ ਤੇ ਬੈਠਾ ਤਾ ਅੱਗਾ ਮਸ਼ੀਨ ਵਾਲੇ ਪਾਸ ਹੱਥ ਖੜੇ, ਪੇਰ ਪੱਕੇ ਪੈਣ, ਅੰਗਲੀਆਂ ਹੀ ਪੱਕੀਆਂ ਪਈਆਂ ਕਮਾ ਕਮਾ ਤੇ, ਪੇਰ ਹੀ ਪੱਕੇ ਪੈਣ, ਕੀ ਕਰੇ ਬੰਦਾ ਇਹਨਾਂ ਦਾ। ਇਹ ਦਾ ਦੂ ਤੇ ਆਏ ਖੜੇ ਫਰੈਸ਼ ਹੋ ਤੇ ਵਹਿੰਦੇ ਪੈਣ ਥ੍ਰੈਸ਼ਰ ਤੇ, ਥ੍ਰੈਸ਼ਰ ਤੇ ਵਾਂਝ ਤੇ ਅੱਜ ਜਿਹੜਾ ਨਾ ਯਾਸ਼ੀ ਮਰੇ ਸੰਸਾਰਾ ਦੇ ਕਿਵੇਂ। ਹਾਂ ਬਈ ਦਾਦਿਆ ਕਿਹਦੇ ਮੈਨੂੰ ਲੈ ਵੈਨੇ ਘਰ, ਮੇਰਾ ਘਰ ਕਿੱਥੇ, ਮੈਂ ਤਾਂ ਫਾਰਮ ਤੇ ਪੈਂਦਾ ਪਿਆ ਜੀ, ਉੱਥੇ ਕੁਝ ਯਾੜੀ ਮੁਕਾਈਏ ਫਾਰਮ ਤੇ, ਉੱਥੇ ਕੰਮ ਸ਼ੰਮ ਕਰੇ ਨਵਾਂ ਜੀ, ਤੇ ਉਸ ਤੋਂ ਬਾਅਦ ਵੱਲ ਜਿਹੜੀ ਅਗਲੀ ਸੂਰਤ ਆ ਲਓ ਕਰੇ ਸਾਂ, ਅੱਜ ਰੋਜ਼ੀ ਪਹਿਲੇ ਕਰੇ ਸੂ ਬਾਅਦ ਵੀ ਆ ਕੰਮ ਕਰੇ ਸੂ, ਤੁਸੀਂ ਵਹਿੰਦੇ ਪੈ ਨਾ ਰੋਜ਼ੀ ਕਰਨ। ਤੇ ਆ ਯਾਰ ਉਰੇ ਆ ਯਾਰ, ਕੋਈ ਸੁਣਾ ਸਾਨੂੰ, ਉਹ ਤੇਰੀ ਸਮਾਣੀ ਸਲੈਂਦੀ ਖੜੀ ਮਾਂ ਪਹਿਲਾਂ ਦੀ ਸੋਣਾ। ਰਾਤੀ ਲਾਈਟ ਆਈ ਘੱਟ, ਲਾਈਟ ਕੋ ਨਾ ਇਹ ਤੇ ਮੋਟਰ ਸੜ ਗਈ ਹੈ, ਮੋਟਰ ਵਾਲਿਆਂ ਨੂੰ ਜਿਹੜੇ ਚੱਲਤੇ ਨਾ ਅੱਜ ਕੁੱਟਣਾ, ਸਹੀ ਨਹੀਂ ਨਰੀ ਵੈਂਡ ਕਰ ਦਿੱਤੀ ਮੈਂ ਵੱਲ, ਅਖੀਰੀ ਮੋਟਰ ਹੁਣ ਚਲਵਾਈ ਦੂਜੀ ਲਾਈਟ ਤੇ, ਦੂ ਲਾਈਨਾਂ ਦੀ ਲਾਈਟ ਲੱਗੀ ਹੋਈ ਹੈ ਨਾ, ਉਸ ਵਜ੍ਹਾ ਕਰਕੇ ਨਾ ਵੇਲੇ ਕੁਟਵਾ ਨਹੀਂ ਸੀ ਸੱਟੇ ਵਾਂਝ ਕੇ ਜਿੱਥੋਂ ਮੋਟਰ ਬਣਵਾਈ ਆਈ। ਹੁਣ ਮੋਟਰ ਚਲਾ ਤੇ ਚੈੱਕ ਕੀਤੀ ਹੈ, ਮੋਟਰ ਠੀਕ ਹੈ, ਹੁਣ ਤਾਂ ਖੁਸ਼ ਹੈ। ਅੱਛਾ ਚਲੋ ਵੱਲ ਠੀਕ ਹੈ, ਹੁਣ ਤੈਨੂੰ ਮੁਰਗੀਆਂ ਦਿਖਾਵਾਂ। ਇਹ ਹੁਣ ਆ ਗਿਆ ਸੀ ਮੁਰਗੀਆਂ ਦੇ ਅੰਦਰ, ਮੁਰਗੀਆਂ ਹੁਣ ਚਾਹੀਂ ਅੰਡੇ ਲਾਵਣ ਤੇ ਨੇੜੇ ਆਈਆਂ ਵਧੀਆਂ ਅਨ ਕਰੀਬ, ਟਾਈਮ ਡੇਸਾਰਾ ਹੋ ਚੁੱਕਾ ਤੇ ਅੱਗੇ ਆਇਆ ਹੀ ਕੌਣ ਨਹੀਂ ਮੈਂ ਫਾਰਮ ਵਿੱਚ, ਡੇਸਾ ਰੈਡੀ ਆ ਤੂੰ ਅੱਜ ਜਿਹੜਾ ਨਾ, ਮੈਂ ਕਿਹਾ ਚਲੋ ਤੂੰ ਦੋਸਤਾਂ ਨੂੰ ਵੀ ਖਾਵਾਂ ਤੇ ਆਪ ਵੀ ਚੈੱਕ ਕਰਾਂ, ਚੋਣ ਮਾਸ਼ਾਅੱਲਾ ਨਾਲ ਜਿਹੜਾ ਨਾ ਹਰੇ ਭਰੇ ਹੋਏ ਬੈਠਣ। ਕੱਲ੍ਹ ਬਿਮਾਰੀ ਇੱਕ ਆ ਗਈ ਆਈ, ਬਿਮਾਰੀ ਇੰਝ ਆਈ ਹੈ ਬਈ ਜਿਹੜਾ ਨਾ ਮੁਰਗੀਆਂ ਖੜੀਆਂ ਖੜੀਆਂ ਨਾ ਆਪ ਰੀਤੀਆਂ ਤੇ ਪਿੱਛਾ ਮੰਡਾ ਨਹੀਂ, ਜਿਵੇਂ ਅਟੇਕ ਦੀ ਸ਼ਕਲ 'ਚ ਅਟੇਕ ਨਹੀਂ ਉਹਨਾਂ ਬੰਦੇ ਨੂੰ ਉਸ ਤਰੀਕੇ ਦੀ ਆਈ। ਚਲੋ ਬੱਜਿਆ ਖੈਰ, ਦਵਾਈ ਸ਼ਵਾਈ ਲੈ ਉਹ ਦਿੱਤੀ ਹੈ ਇਹਨਾਂ ਨੂੰ,
ਤੇ ਹੁਣ ਅਲਹਮਦੁਲਿਲਾ ਠੀਕ ਹਨ, ਅੱਲਾ ਪਾਕ ਖੈਰ ਕਰੇ ਸੀ। ਤੇ ਉਹ ਬਿਮਾਰੀ ਜਿਹੜਾ ਨਾ ਐਸੀ ਆਉਂਦੀ, ਉਹਦੇ ਸਮਝ ਸੁਰ ਨਹੀਂ ਆਉਂਦੀ ਵੀ ਕੀ ਆਉਂਦਾ ਵੀ ਕੀ ਨਹੀਂ ਆਉਂਦਾ ਵੀ, ਕਿਉਂਕਿ ਮੁਰਗੀਆਂ ਇਵੇਂ ਖੁਦ ਬਖੁਦ ਪਿੱਛੋਂ ਅੰਡਾ ਸਨ। ਤੇ ਉਹ ਐਸੀ ਬਿਮਾਰੀ ਆਉਂਦੀ ਹੈ ਨਾ ਵੀ ਇੱਕ ਟਾਈਮ 'ਤੇ ਨਾ ਬਈ ਹਰ ਸ਼ੈ ਮੁਗਾ ਰਹਿੰਦੀ ਹੈ। ਬਸ ਜਿਹੜਾ ਨਾ ਕੋਈ 4 ਤੋਂ 5 ਜਿਹੜਾ ਨਾ ਹੋਈਆਂ ਜ਼ਾਇਆ, ਅਤੇ ਬਾਕੀ ਕੰਟਰੋਲ 'ਚ ਆ ਗਈਆਂ। ਹੁਣ ਦਵਾਈ ਸ਼ਵਾਈ ਚਲਾਈ ਖਾਣੇ, ਉਤੋਂ ਟੈਂਕੀ 'ਚ ਪਾਈ ਹੋਈ ਹੈ, ਅਤੇ ਦਵਾਈ ਉਤੋਂ ਆਉਂਦੀ ਪਈ ਹੈ। ਦੇਖੋ ਦਵਾਈ ਦਾ ਕਲਰ ਵੀ ਦੇਖੋ, ਵਿਟਾਮਿਨ ਦੀ ਦਵਾਈ ਹੈ ਸੋਰੀ। ਅਤੇ ਇਹ ਜਿਹੜਾ ਨਾ ਵੱਲ ਲੱਗੇ ਖੜੇ ਖਾਣ ਪੀਣ ਨੂੰ, ਇਹ ਹੁਣ ਇਹਨਾਂ ਨੂੰ ਫੀਡ ਕੋ ਨਹੀਂ ਪਾਈ, ਅੱਜ ਫੀਡ ਇਸ ਪਰ ਕੋ ਨਹੀਂ ਪਾਈ ਬਈ, ਦਵਾਈ ਸ਼ਵਾਈ ਦਾ ਰਜਮੀ ਉਹ ਕਰ ਲੈ ਸਨ ਨਾ, ਉਸ ਤੋਂ ਬਾਅਦ ਜਿਹੜੀ ਫੀਡ ਇਹਨਾਂ ਵਾਲੀ ਨੂੰ ਦੇਸੋਂ ਸਹੀ ਕਿ ਥਾਂ ਕਹਿ ਕਹਿ ਡੱਬੇ 'ਚ ਬੱਚੀ ਪਈ ਹੈ ਇਸ ਟਾਈਮ, ਲੇਕਿਨ ਹੁਣ ਥੋੜ੍ਹਾ ਜਿਹਾ ਫੀਡ ਰੋਕਣੀ ਪੈ ਜਾਂਦੀ ਜਿਹੜੇ ਲਈ ਥੋੜ੍ਹਾ ਜਿਹਾ ਮਾਮਲਾਤ ਹੋਵੇ। ਅਤੇ ਉਸ ਸਾਈਡ 'ਤੇ ਜਿਹੜਾ ਨਾ ਉਦੋਂ ਤਾਲਾ ਮਾਰਾ ਵੀ ਉਹ ਵੀ ਤੁਹਾਨੂੰ ਦਿਖਾਊਂਗਾ, ਇੱਥੋਂ ਤੁਹਾਨੂੰ ਜਾਤੀ ਮਰਾ ਦਊਂ ਮਾਸ਼ਾਅੱਲਾ। ਨਾਲੇ ਇਸ ਸਾਈਡ 'ਤੇ ਵੀ ਠੀਕ ਹੈ ਨਿਜ਼ਾਮ, ਹੁਣ ਉਹਦੇ ਵੀ ਦਵਾਈ ਸ਼ਵਾਈ ਚਲਾਈਏ। ਉੱਤੇ ਜਿਹੜਾ ਤੁਹਾਨੂੰ ਦੱਸਾਂ ਹੈ ਨਾ ਇੰਤਜ਼ਾਮ ਕੀਤਾ ਹੋਇਆ ਸਾਹਮਣੇ ਪੈਂਪ ਦਾ, ਉਹ ਪੈਂਪ ਦੇ ਵਿੱਚ ਪਾਣੀ ਆਉਂਦਾ ਅਤੇ ਹੁਣ ਡੱਬੀਆਂ ਦੇ ਵਿੱਚ ਡਾਇਰੈਕਟਲੀ ਪਾਣੀ ਆ ਜਾਂਦਾ। ਇਹ ਹੁਣ ਮੇਰੇ ਪਿੱਛੂ ਪਿੱਛੂ ਉਹ ਆਏ ਸਾਰੇ, ਦੇਖੋ ਇਹ ਜਿਵੇਂ ਜਿਵੇਂ ਵੱਲ ਵੱਡਾ ਥੀਂਦਾ ਵੈਸੇ ਨਾ ਉਸ ਹਿਸਾਬ ਨਾਲ ਨਾ ਇਹ ਵਿਆਹਤਾ ਜਾਨੀ ਕਿ ਉਹ ਏਰੀਆ ਜਿਵੇਂ ਘੱਟ ਹੋਵੇ ਸੀ, ਜਿਵੇਂ ਹੁਣ ਹੋਇਆ ਖੜਿਆ, ਹੁਣ ਆ ਜਾ ਕੇ ਪਿੱਛਾ ਜਾ ਥੋੜ੍ਹੀ ਪਈ ਹੈ ਉਸ ਸਾਈਡ 'ਤੇ, ਅਤੇ ਮਹਿਸੂਸ ਇਵੇਂ ਥੀਂਦਾ ਵੀ ਇਹ ਜਿਹੜਾ ਨਾ ਬਈ ਫਾਰਮ ਭਰਿਆ ਪਈ ਹੋਵੇ ਇੱਕ ਸਾਈਡ 'ਤੇ। ਉਸ ਸਾਈਡ ਤੋਂ ਹੀ ਖੈਰ ਇਵੇਂ ਇਹ ਝੜੇ ਬੈਠੇ ਨੇ, ਉਹਨੇ ਨਾਲ ਸਿੱਖਦੇ ਪੈਣ ਖਾਣਿਆਂ ਦੇ ਵਿੱਚ ਵੜਨ ਦੇ, ਜਿਵੇਂ ਉਹ ਜਿਹੜੇ ਬੈਠੇ ਇਹ ਥਾਂ ਹੀ ਇਹਨਾਂ ਨੇ ਅੰਡਾ ਦੇਵਣ ਆਉਂਦਾ ਵੱਲ ਬਾਅਦ, ਇਹ ਹਾਲ ਅਤੇ ਹਵੀਲ ਹੈ। ਮੈਂ ਕਿਹਾ ਦੋਸਤਾਂ ਨੂੰ ਦਿਖਾਊਂ, ਜਿਹੜੇ ਦੋਸਤ ਇਹਨਾਂ ਦੇ ਦੇਖਣ ਦੇ ਖਾਹਿਸ਼ਮੰਦ ਹੁੰਦੇ ਨੇ ਨਾ, ਚਲੋ ਉਹਨਾਂ ਨੂੰ ਅਪਡੇਟ ਦਿੱਤੀ ਰੱਖੀ ਜੇ। ਇਹ ਬੜਾ ਬਰੀਕੀ ਵਾਲਾ ਕੰਮ ਹੈ ਅਤੇ ਬੜਾ ਮਿਹਨਤ ਵਾਲਾ ਕੰਮ ਹੈ ਜਿਹੜਾ ਇਹ ਕੰਮ ਹੈ। ਇਹ ਹੁਣ ਪੈਂਪ ਸ਼ੈਂਪ ਲੱਗੇ ਖੜੇ ਨੇ ਨਾਲ ਹੀ, ਇਹ ਪਾਣੀ ਚਲਾਇਆ ਹੋਇਆ ਸਾਰਾ ਇਸ ਸਾਈਡ 'ਤੇ, ਉਸ ਸਾਈਡ 'ਤੇ ਸੈਂਟਰ ਦੇ ਵਿੱਚ ਹੀ ਕੋਈ 4-5 ਡੱਬੇ ਲਾਏ ਹੋਏ ਨੇ। ਇਹ ਹੁਣ ਮੇਰੇ ਪਿੱਛੂ ਪਿੱਛੂ ਵਧੇ ਨੇ, ਸ਼ੋਰ ਬਿਲਕੁਲ ਹੁਣ ਖਤਮ ਕਰ ਗਿਆ। ਦੇਖੋ ਕੈਸਾ ਨਿਜ਼ਾਮ ਹੈ ਮਾਸ਼ਾਅੱਲਾ ਨਾਲ। ਚੁੱਪ, ਬੜੇ ਸਿਆਣੇ ਨੇ, ਬੜੇ ਸਿਆਣੇ ਅਕਲ ਦੇ, ਉਹ ਜੋ ਚੁੱਪ ਕਰ ਪੈਂਦੇ ਨੇ। ਵੀਵਰ ਵੀਵਰ ਕਿਵੇਂ ਲੱਗਿਆ ਦੱਸਣਾ ਤੁਸਾਂ, ਸਹੀ ਹੈ ਮਾਸ਼ਾਅੱਲਾ ਨਾਲ ਇਹਨਾਂ ਦੇ ਨਾਲ। ਮੈਂ ਤਾਂ ਬਹਿ ਕੇ ਥੋੜ੍ਹਾ ਜਿਹਾ ਜਿਹੜਾ ਨਾ ਸਹੀ ਤਰੀਕੇ ਨਾਲ ਤੁਹਾਨੂੰ ਇਹਨਾਂ ਦਾ ਡੈਮੋ ਦੇਵਾਂ। ਇਹ ਆ ਗਏ ਮੇਰੇ ਪਿੱਛੋਂ, ਕਿਵੇਂ ਵੀਵਰ ਅੰਦਰੋਂ ਬਹਿਰ ਨਿਕਲ ਆਏ। ਮੈਂ ਕਿਹਾ ਦੋਸਤਾਂ ਨੂੰ ਦਿਖਾਊਂ, ਉੱਤੇ ਛੱਤ ਜਿਹੜੀ ਟੈਂਕੀ ਰੱਖੀ ਇਹਨਾਂ ਨੇ ਦਵਾਈ ਸ਼ਵਾਈ ਬਣਾ ਵਿੱਚ ਹਿਲਾ ਕੇ ਅਤੇ ਇਹਨਾਂ ਨੂੰ ਪਿਲਾਉਣ ਵਾਸਤੇ ਨਾ, ਉਹ ਹੀ ਦਿਖਾਊਂ ਤੁਹਾਨੂੰ ਦੋਸਤਾਂ ਨੂੰ, ਕਿਉਂਕਿ ਨਾ ਹੁਣ ਦਵਾਈ ਅੱਗੇ ਦਿੱਤੀ ਹੋਈ ਤਾਂ ਹਾਈ ਹੁਣ ਦੁਬਾਰਾ। ਵੀਵਰ ਇਹ ਮਾਸ਼ਾਅੱਲਾ ਨਾਲ ਫਾਰਮ ਦੀ ਛੱਤ ਹੈ, ਅੱਜ ਹੁਣ ਲਿਪਾਈ ਛਿਪਾਈ ਕਰਾਉਣੀ, ਉਹ ਥੱਲੇ ਹਲ ਮਾਰੇ ਭੈਣ। ਹਲ ਮਾਰਨ ਤੋਂ ਬਾਅਦ ਜਿਹੜਾ ਨਾ ਇਹ ਭੂੰ ਡੁੱਕਾ ਪੀਏ ਜਿਹਦੇ ਵਿੱਚ ਜਿਹੜਾ ਨਾ ਗਾਰਾ ਬਣ ਸੀ ਇਹਦਾ, ਇਹ ਸਾਹਮਣੇ ਗਾਰਾ ਬਣਾਉਣ ਤੋਂ ਬਾਅਦ ਇਹਦੇ 'ਤੇ ਰੂਟਰ ਵਈ ਸੀ, ਗਾਰੇ ਦੇ ਵਿੱਚ ਰੂਟਰ ਵਈ ਸੀ ਸੋਰੀ। ਉਸ ਤੋਂ ਬਾਅਦ ਤੋੜੋ ਤੋੜ ਜਿਹੜਾ ਇਹਦੇ 'ਤੇ ਬੰਦੇ ਲੈ ਸੂੰ, ਉੱਤੇ ਸਾਰਾ ਲੇਪਾ ਕਰਵਾ ਸੂੰ ਇਹਦੇ 'ਤੇ ਡਾਢਾ ਸੋਹਣਾ ਕਰਕੇ, ਅਤੇ ਉਹ ਮਾਸ਼ਾਅੱਲਾ ਨਾਲ ਆਪਣਾ ਘਰ ਹੋ ਗਈ ਆ। ਅਤੇ ਇਹ ਵਾ ਲੰਬਾ ਛੰਮਾ ਦੇ ਨਿਜ਼ਾਮ ਜਿਵੇਂ ਹੁੰਦਾ ਸਾਹਮਣੇ, ਇਹ ਵੱਲ ਹੁਣ ਟੈਂਕੀ ਬਰਹਿੰਦੇ ਪੈਣ ਦਵਾਈ ਵਾਲੀ। ਵੀਵਰ ਮਾਸ਼ਾਅੱਲਾ ਨਾਲ ਮੱਝਾਂ ਦਵਾਈਆਂ ਸਵੇਰੇ ਸਵੇਰੇ ਦਾ ਦੂ ਕੇ, ਉਸ ਤੋਂ ਬਾਅਦ ਸਫਾਈ ਸਫੂਈ ਕੀਤੀ ਹੈ ਤਲੂ, ਅਤੇ ਸਫਾਈ ਕਰਨ ਤੋਂ ਬਾਅਦ ਜਿਹੜਾ ਨਾ ਹੁਣ ਮਾਸ਼ਾਅੱਲਾ ਹੱਡੀਆਂ ਖੜੀਆਂ ਭੂ ਛੂ ਹੈ ਅੱਜ ਕੱਲ੍ਹ, ਕਿਉਂਕਿ ਨਾ ਬਰਸੀਨਾ ਖਤਮ ਹੋ ਗਈਆਂ ਅਤੇ ਹੁਣ ਜੁਆਰ ਗੱਡੀ ਹੋਈ ਤਾਂ ਇਹ ਅੱਲਾ ਕਰੇ ਸੀ ਉਹ ਤਿਆਰ ਹੋਵੇ ਸੀ ਕੁਝ ਦੀਆਂ ਧੋਣੇ।
ਤੇ ਹੁਣ ਭੂੰ ਤੇ ਗੁਜ਼ਾਰਾ ਕੀਤਾ ਹੋਇਆ, ਖਲ ਚੌਖਰ ਭੂੰ ਤੇ ਦਾਣਾ ਛਾਣਾ ਡਾਲਾ ਛਾਲਾ ਉਹ ਪਵੀਂਦਾ ਅੰਦਰ ਭੂੰ ਜਿਹੜਾ ਨਾ ਆਪਣਾ ਜਿਹੜਾ ਆਈ ਨਵਾਂ ਛਲ ਨਾਲ ਉਹ ਸਾਰਾ ਡੁਆ ਲਈ ਆਈ, ਕਿਉਂਕਿ ਨਾ ਆਪਣੀ ਜ਼ਮੀਨ ਅਜ ਘੋਣ ਨਹੀਂ ਰੱਖਦੇ ਹੁੰਦੇ, ਖਰਾਬ ਹੋਵੇ ਤਾਂ ਜਿਵੇਂ ਖਰਾਬ ਕਰ ਦਿੰਦੇ, ਇਹ ਹੁਣ ਸਾਰਾ ਅੰਦਰ ਡੁਆ ਛੋੜਿਆ ਸੀ। ਇਹ ਮੁਰਗੇ ਜਿਹੜੇ ਸਾਡੇ ਘਰ ਦੇ ਹਨ ਨਾ ਦੇਸੀ, ਇਹ ਵਧਣ ਤਾਂ ਇਸ ਮੁਰਗੇ 'ਤੇ ਤਾਂ ਮੇਰੀ ਇਹ ਨਾ ਬੜੀ ਅੱਖ, ਇਹ ਕਹਿ ਰਿਹਾ ਵੈਸੀ ਚੋ ਜਿਹੜਾ ਭੂ ਆ ਕੇ ਲੈਂਦਾ ਨਾ ਇੱਥੇ ਐਵੇਂ। ਅੱਜ ਵਾਲੇ ਵਲੌਗ ਦੇ ਥਾਂ ਹੀ ਕਰਨੇ ਪਏ ਦੋਸਤ ਐਂਡ, ਜਲਦੀ ਜਲਦੀ ਮਾਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਮਿਲਸੂ ਕੱਲ ਨਵੇਂ ਵਲੌਗ ਦੇ ਨਾਲ। ਅੱਲਾ ਹਾਫਿਜ਼।